ਬੀਤੇ ਦਿਨ ਦੁਨੀਆ ਨੂੰ ਅਲਵਿਦਾ ਕਹਿਣ ਵਾਲੀ ਪੰਜਾਬ ਦੀ 105 ਸਾਲਾ ਐਥਲੀਟ ਬੇਬੇ ਮਾਨ ਕੌਰ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਗਈ। ਚੰਡੀਗੜ੍ਹ ਦੇ ਸੈਕਟਰ 25 ਸਥਿਤ ਸ਼ਮਸ਼ਾਨ ਘਾਟ 'ਚ ਪਰਿਵਾਰ ਦੇ ਇਲਾਕਾ ਨਿਵਾਸੀਆਂ ਵੱਲੋਂ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਹਰ ਕਿਸੇ ਦੀ ਅੱਖ ਨਮ ਨਜ਼ਰ ਆਈ। ਉੱਥੇ ਹੀ ਬੇਬੇ ਮਾਨ ਕੌਰ ਨੂੰ ਸ਼ਰਧਾਂਜਲੀ ਦੇਣ ਲਈ ਕਈ ਰਾਜਨੀਤਿਕ ਆਗੂ ਵੀ ਮੌਜੂਦ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਸਮੇਤ ਕਈ ਹੋਰ ਪਾਰਟੀਆਂ ਦੇ ਵਰਕਰਾਂ ਨੇ ਬੇਬੇ ਜੀ ਨੂੰ ਸ਼ਰਧਾਂਜਲੀ ਦਿੱਤੀ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ 105 ਸਾਲਾ ਐਥਲੀਟ ਬੇਬੇ ਮਾਨ ਕੌਰ ਬੀਤੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਗਏ ਸਨ। ਬੇਬੇ ਮਾਨ ਕੌਰ ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ ਵਿਚ ਜੇਰੇ ਇਲਾਜ ਸਨ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ। ਇਸ ਖਬਰ ਤੋਂ ਬਾਅਦ ਦੇਸ਼ ਦੁਨੀਆ 'ਚ ਵਸਦੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਦੁਖੀ ਤੇ ਨਿਰਾਸ਼ ਨਜ਼ਰ ਆਏ ਸਨ। ਬੇਬੇ ਮਾਨ ਕੌਰ ਨੇ 93 ਸਾਲ ਦੀ ਉਮਰ 'ਚ ਦੌੜਨਾ ਸ਼ੁਰੂ ਕੀਤਾ ਸੀ। ਬੇਬੇ ਮਾਨ ਕੌਰ ਵੱਲੋਂ ਵਿਸ਼ਵ ਵਿਆਪੀ ਦੌੜਾਂ ਵਿਚ ਹਿੱਸਾ ਲੈਣਾ ਤੇ ਗੋਲਡ ਮੈਡਲ ਜਿੱਤਣਾ ਸੱਚਮੁੱਚ ਅਦਭੁਤ ਸੀ। ਬੇਬੇ ਮਾਨ ਕੌਰ ਆਕਲੈਂਡ 2017 ਦੀਆਂ ਵਿਸ਼ਵ ਮਾਸਟਰਸ ਖੇਡਾਂ ਵਿਚ 100 ਮੀਟਰ ਦੀ ਦੌੜ ਜਿੱਤ ਕੇ ਸੁਰਖੀਆਂ ਵਿਚ ਆਏ ਸਨ। ਬੇਬੇ ਮਾਨ ਕੌਰ ਨੇ 102 ਸਾਲ ਦੀ ਉਮਰ 'ਚ ਸਪੇਨ 'ਚ ਆਯੋਜਿਤ ਵਰਲਡ ਮਾਸਟਰਸ ਐਥਲੈਟਿਕ ਚੈਂਪੀਅਨਸ਼ਿਪ 'ਚ 100-104 ਉਮਰ ਵਰਗ 'ਚ 200 ਮੀਟਰ ਰੇਸ 'ਚ 3 ਮਿੰਟ ਤੇ 14.65 ਸਕਿੰਟ ਦੇ ਸਮੇਂ ਦੇ ਨਾਲ ਦੌੜਦੇ ਹੋਏ ਸੋਨ ਤਗਮਾ ਹਾਸਲ ਕੀਤਾ ਸੀ। ਅਦਾਰਾ ਅਜੀਤ ਬੇਬੇ ਮਾਨ ਕੌਰ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ। ਇਟਸ ਰੀਅਲੀ ਵੈਰੀ ਪੇਨਫੁਲ ਕਿ ਦੁੱਖ ਇੱਕ ਰਿਸਪੈਕਟ ਹੁੰਦੀ ਹੈ ਜੀ। ਦੇਖੋ ਪੂਰੇ ਸੰਸਾਰ ਦੇ ਵਿੱਚ ਇੱਕ ਬੀਜੀ ਸੀਗੇ ਜਿਨ੍ਹਾਂ ਨੇ ਈਵਨ ਸਾਰੀਆਂ ਦੇਖ ਲਓ ਤੁਸੀਂ ਬਾਹਰਲੀਆਂ ਗੋਰੀਆਂ ਨੂੰ ਵੀ ਪਿੱਛੇ ਕਰ ਦਿੱਤਾ, ਆਪਣੀ ਇੰਡੀਆ ਦਾ ਨਾਮ ਰੋਸ਼ਨ ਕੀਤਾ, ਸਭ ਤੋਂ ਬੜੇ ਲੀਜੈਂਟ ਆਈ ਥਿੰਕ ਸੋ ਇਨ ਫੀਮੇਲ ਉਹਦੇ ਵਿੱਚ ਨਾ, ਅਤੇ ਉਹਨਾਂ ਨੂੰ ਉਹ ਰਿਸਪੈਕਟ ਜੋ ਮਿਲਣੀ ਚਾਹੀਦੀ ਸੀ ਨਹੀਂ ਮਿਲੀ। ਬੜਾ ਦੁੱਖ ਲੱਗਦਾ ਇਸ ਚੀਜ਼ ਨੂੰ ਦੇਖ ਕੇ। ਇਹਦੇ ਨਾਲ ਹੋਰ ਵੀ ਸਾਡੇ ਜਿਹੜੇ ਸਪੋਰਟਸਮੈਨ ਹੈਗੇ ਆ, ਪਰਸਨ ਹੈਗੇ ਆ, ਉਹ ਦੇ ਆਲ ਗੈਟ ਡੀਮੋਟੀਵੇਟਿਡ। ਅਤੇ ਇਹਦੇ ਨਾਲ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਖਿਡਾਰੀਆਂ ਨੂੰ ਨਹੀਂ ਜੇ ਤੁਸੀਂ ਰਿਸਪੈਕਟ ਦੇ ਸਕਦੇ, ਜਿਹੜਾ ਤੁਹਾਡਾ ਨਾਮ ਰੋਸ਼ਨ ਕਰ ਰਹੇ ਤੁਹਾਨੂੰ ਰਿਸਪੈਕਟ ਦਵਾ ਰਹੇ ਆ ਪੂਰੇ ਵਰਲਡ ਦੇ ਵਿੱਚ, ਤਾਂ ਤੁਸੀਂ ਕਿਹਨੂੰ ਦੇ ਸਕਦੇ ਹੈਗੇ? ਸੀਨੀਅਰ ਸਿਟੀਜਨ ਹੋ ਕੇ ਉਹ ਵੀ 100+ ਏਜ ਦੇ ਹੋ ਕੇ, ਆਈ ਥਿੰਕ ਸ਼ੀ ਇਜ਼ ਦਾ ਓਨਲੀ ਐਗਜ਼ਾਮਪਲ ਐਨ ਐਗਜ਼ਾਮਪਲ ਆਫ ਦਿਸ ਕਾਈਂਡ। ਰੀਅਲੀ ਵੈਰੀ ਦੁੱਖ ਤਾਂ ਸਾਨੂੰ ਬੀਜੀ ਦੇ ਜਾਣ ਦਾ ਹੀ ਬਹੁਤ ਹੈ ਕਿ ਉਹਨਾਂ ਵਰਗਾ ਇਨਸਾਨ ਹੀ ਨਹੀਂ ਦੁਬਾਰਾ ਇਸ ਦੁਨੀਆ 'ਤੇ ਆ ਸਕਦਾ। ਬਹੁਤ ਖੁਸ਼ ਮਿਜ਼ਾਜ ਸੀਗੇ, ਬਹੁਤ ਜ਼ਿਆਦਾ ਹਰੇਕ ਨੂੰ ਇੰਨਾ ਪਿਆਰ ਕਰਨ ਵਾਲੇ, ਤੁਸੀਂ ਦੇਖਿਆ ਹੋਣਾ ਹਰ ਟਾਈਮ ਇੱਕ ਨਵੀਂ ਊਰਜਾ 'ਚ। ਅਸੀਂ ਉਮੀਦ ਕਰਦੇ ਵੀ ਹੋਰ ਲੰਬੀ ਉਮਰ ਭੁਗਤਣਗੇ ਅਤੇ ਚੰਗਾ ਖਾਣਾ ਪੀਣਾ ਇਹਨਾਂ ਨੂੰ ਦੇਵਾਂਗੇ। ਇੱਥੋਂ ਜੇ ਡੇਰਾਬੱਸੀ ਨੂੰ ਜੇ ਜਾਵਾਂਗੇ ਘਰ ਜਾ ਕੇ ਬਹੁਤ ਅੱਛਾ ਖਾਣਾ ਦੇਵਾਂਗੇ ਇਹਨਾਂ ਨੂੰ। ਅੱਗੇ ਵੀ ਦੇ ਰਹੇ ਸੀ ਪਰ ਹੁਣ ਸੋਚਿਆ ਜੀ ਅੱਗੇ ਜਾਵਾਂਗੇ। ਚਲੋ ਦੇਸ਼ ਨੂੰ ਤਾਂ ਲੋਸ ਹੋਇਆ, ਸਾਨੂੰ ਫੈਮਿਲੀ ਨੂੰ ਤਾਂ ਲੋਸ ਹੋਇਆ ਹੋਇਆ, ਬਹੁਤ ਜ਼ਿਆਦਾ ਲੋਸ ਹੋਇਆ, ਥੋੜ੍ਹਾ ਨਹੀਂ। ਹਾਲਾਂਕਿ ਸਮਾਂ ਨਹੀਂ ਹੈ, ਲੇਕਿਨ ਇੱਥੇ ਕਈ ਜਿਹੜੇ ਖੇਡ ਪ੍ਰੇਮੀ ਨੇ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਨਮੋਸ਼ੀ ਹੈ ਕਿ ਸਰਕਾਰੀ ਨੁਮਾਇੰਦੇ ਜਿਹੜੇ ਨੇ ਇੱਥੇ ਪਹੁੰਚਦੇ ਨਜ਼ਰ ਨਹੀਂ ਆਏ। ਮਾਣ ਬਖਸ਼ਣਾ ਚਾਹੀਦਾ ਸੀ। ਬਿਲਕੁਲ ਬਿਲਕੁਲ ਜੀ, ਦੇਖੋ ਰਾਸ਼ਟਰਪਤੀ ਅਵਾਰਡ ਮਿਲਿਆ ਹੋਇਆ ਇਹਨਾਂ ਨੂੰ ਅਤੇ ਹਾਲੇ ਤੱਕ ਕੋਈ ਨਹੀਂ ਆਇਆ। ਕੱਲ੍ਹ ਕਿਸੇ ਨੇ ਮਤਲਬ ਸੁੱਧ ਬੁੱਧ ਨਹੀਂ ਲਈ ਸਾਡੀ, ਠੀਕ ਹੈ, ਚਲੋ ਮਰਜ਼ੀ ਹੈ ਉਹਨਾਂ ਦੀ। ਅਫਸੋਸ ਹੁੰਦਾ ਇਸ ਗੱਲ ਦਾ, ਬਿਲਕੁਲ ਹੁੰਦਾ ਜੀ। ਸਰ ਮੇਰਾ ਸਵਾਲ ਵੀ ਹਨੂੰਮਨ, ਦੇਖਿਆ ਜਾ ਤਾਂ ਬੜੀ ਸ਼ਖਸੀਅਤ ਹੈ, ਸਰਕਾਰ ਕਾ ਕੋਈ ਨਾ ਕੋਈ ਨੁਮਾਇੰਦਾ ਆਤਾ ਹੈ, ਬਕਾਇਦੇ ਅਨਾਊਂਸਮੈਂਟ ਹੋਤੀ ਹੈ, ਕੋਈ ਦੇਖਣ ਕੋ ਨਹੀਂ ਮਿਲਾ, ਕਿਆ ਬੋਲਣਾ ਚਾਹੀਦਾ? ਆਉਣਾ ਚਾਹੀਦਾ, ਬਿਲਕੁਲ ਆਉਣਾ ਚਾਹੀਦਾ ਸੀ। ਦੇਖੋ ਦੇਸ਼ ਦਾ ਮਾਣ ਹੈ, ਦੇਸ਼ ਲਈ ਦੌੜੇ ਨੇ। ਜਦੋਂ ਆਪਣੇ ਜਿੱਤ ਕੇ ਆਏ ਸੀ ਨਿਊਜ਼ੀਲੈਂਡ ਤੋਂ ਇਹ, ਉਸ ਵੇਲੇ ਉੱਥੇ ਆਪਣੇ ਸੈਂਟਰ ਦੇ ਜਿਹੜੇ ਸਪੋਰਟਸ ਮਿਨਿਸਟਰ ਸੀ ਉਹਨਾਂ ਨੇ ਕਿਹਾ ਸੀਗਾ ਵੀ ਇਹਨਾਂ ਨੇ 130 ਕਰੋੜ ਲੋਕਾਂ ਦਾ ਮਾਣ ਵਧਾਇਆ। ਹੁਣ ਉਹ 130 ਕਰੋੜ ਲੋਕ ਕਿੱਥੇ ਨੇ ਜਿਹੜੇ ਜਿਹਨਾਂ ਦਾ ਮਾਣ ਵਧਾਇਆ? ਦੇਖੋ ਹਾਂ, ਜੇ ਇਹ ਤਾਂ ਉਹਨਾਂ ਦੀ ਆਪਣੀ ਮਰਜ਼ੀ ਹੈ ਜੀ, ਅਸੀਂ ਕੀ ਕਹਿ ਸਕਦੇ? ਉਹ ਜੋ ਕੁਛ ਕਰਨਾ ਚਾਹੁਣ ਅੱਛਾ ਕਰ ਸਕਦੇ, ਕਰ ਵੀ ਸਕਦੇ, ਉਹਨਾਂ ਕੁਛ ਸਭ ਕੁਛ ਹੈ। ਹੋਰ ਵੱਡੇ ਵੱਡੇ ਇਹਨੇ ਕੰਮ ਕਰਦੇ ਅਤੇ ਇਹ ਵੀ ਕੀਤਾ ਜਾ ਸਕਦਾ, ਕੋਈ ਇਹੋ ਜਿਹੀ ਵੱਡੀ ਗੱਲ ਨਹੀਂ ਹੈ। ਕਾਜ਼ ਆਫ ਡੈਥ ਹਾਰਟ ਅਟੈਕ ਜੀ। ਔਰ ਇਹ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਦੌੜਾਂ ਵੀ ਉਹਨਾਂ ਨੇ ਲਾਈਆਂ, ਦੁਨੀਆਂ ਦੇ ਵਿੱਚ ਇੱਕ ਮਿਸਾਲ ਪੈਦਾ ਕੀਤੀ। ਇਸ ਕਰਕੇ ਉਹ ਸਾਰੇ ਖੇਡ ਜਗਤ ਵਾਸਤੇ, ਸਾਰੀ ਦੁਨੀਆ ਵਾਸਤੇ, ਨਵੀਂ ਜਨਰੇਸ਼ਨ ਵਾਸਤੇ ਬਹੁਤ ਵੱਡੀ ਪ੍ਰੇਰਣਾ ਦਾ ਸਰੋਤ ਸਨ। ਔਰ ਮੈਂ ਸਮਝਦਾ ਕਿ ਉਹਨਾਂ ਦੇ ਚਲੇ ਜਾਣ ਦੇ ਨਾਲ ਸਾਰੇ ਖੇਡ ਜਗਤ ਨੂੰ ਬਹੁਤ ਵੱਡਾ ਘਾਟਾ। ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ, ਸਾਰੇ ਪਰਿਵਾਰ ਨੂੰ, ਸਾਰੇ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਭਾਂਡਾ ਮੰਨਣ ਦਾ ਮਨ ਬਖਸ਼ੇ। ਚੰਡੀਗੜ੍ਹ ਤੋਂ ਸੁਰਿੰਦਰਪਾਲ ਸਿੰਘ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ।